ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਮਨੀ ਕਲਾਰ ਅੱਜ ਇੱਕ ਛੋਟੀ ਜਿਹੀ ਕਹਾਣੀ ਲੈ ਕੇ ਤੁਹਾਡੇ ਨਾਲ ਸਾਂਝ ਪਾ ਰਿਹਾ। ਕਹਾਣੀ ਦਾ ਐਂਡ ਬਹੁਤ ਜ਼ਬਰਦਸਤ ਹੈ, ਕਹਾਣੀ ਦਾ ਕਲਾਈਮੈਕਸ ਬਹੁਤ ਜ਼ਬਰਦਸਤ ਹੈ, ਔਰ ਅੱਜ ਦੇ ਹਾਲਾਤਾਂ ਦੇ ਨਾਲ ਇਹ ਕਹਾਣੀ ਬਹੁਤ ਜ਼ਿਆਦਾ ਨੇੜਤਾ ਰੱਖਦੀ ਹੈ। ਕਿਵੇਂ ਨੇੜਤਾ ਰੱਖਦੀ ਹੈ, ਸੋ ਕਹਾਣੀ ਮੈਂ ਸ਼ੁਰੂ ਕਰਦਾ। ਸਮੇਂ ਦੀ ਗੱਲ ਹੈ ਕਿ ਇੱਕ ਹੋਸਟਲ ਦੇ ਵਿੱਚ ਜਿਹੜੀ ਮੈੱਸ ਆ, ਮੈੱਸ ਦੇ ਵਿੱਚ ਖਾਣਾ ਬਕਵਾਸ ਖਾਣਾ, ਜਾਣੀ ਕੜੀ ਚੌਲ ਬਣਿਆ ਕਰਦੇ ਸੀ, ਨਾਲ ਰੋਟੀਆਂ ਹੁੰਦੀਆਂ ਸੀ। ਤਾਂ ਜਿਹੜੇ ਸਟੂਡੈਂਟ ਸੀਗੇ ਉੱਥੇ, ਉਹਨਾਂ ਨੂੰ ਐਂ ਲੱਗਦਾ ਸੀਗਾ ਕਿ ਯਾਰ ਅਸੀਂ ਕੜੀ ਚੌਲ ਨਹੀਂ ਖਾਣੇ। ਕੁਛ ਜਿਹੜੇ ਸਟੂਡੈਂਟ ਸੀਗੇ ਉਸੇ ਮੈੱਸ ਦੇ, ਉਹਨਾਂ ਨੂੰ ਕੜੀ ਚੌਲ ਬਹੁਤ ਜ਼ਿਆਦਾ ਪਸੰਦ ਸੀ। ਉਹ ਸ਼ਾਇਦ ਹੋਰ ਕਿਸੇ ਸਟੇਟ ਦੇ ਹੋਣਗੇ, ਉਹਨਾਂ ਨੂੰ ਕੜੀ ਚੌਲ ਪਸੰਦ ਹੋਣਗੇ। ਤਾਂ ਮੈੱਸ ਵਾਲਾ ਮੁਰਿਓਂ ਇਹ ਕਹਿੰਦਾ, ਇਹ ਜਦੋਂ ਜਾ ਕੇ ਕਹਿੰਦੇ ਆ ਕਿ ਬਾਈ ਅਸੀਂ ਕੜੀ ਚੌਲ ਨਹੀਂ ਖਾਣੇ, ਕੁਛ ਨਵੀਂ ਚੀਜ਼ ਸਾਨੂੰ ਦੇ, ਤਾਂ ਮੈੱਸ ਵਾਲਾ ਮੁਰਿਓਂ ਇਹ ਕਹਿੰਦਾ ਹੈ ਕਿ ਇੱਥੇ ਤੁਹਾਡੇ ਹੀ ਜਿਹੜੇ ਸਟੂਡੈਂਟ ਭਾਈ ਨੇ, ਉਹਨਾਂ ਨੂੰ ਪੱਚੀਆਂ ਤੀਆਂ ਜਾਣਾਂ ਨੂੰ ਤਾਂ ਯਾਰ ਬਹੁਤ ਪਸੰਦ ਆ, ਉਹ ਕਹਿੰਦੇ ਬਹੁਤ ਵਧੀਆ। ਉਹ ਕਹਿੰਦੇ ਯਾਰ ਅਸੀਂ ਨਹੀਂ ਖਾਣੀ। ਉਹ ਕਹਿੰਦਾ ਠੀਕ ਹੈ, ਜੇ ਤੁਸੀਂ ਨਹੀਂ ਖਾਣੀ ਤੁਸੀਂ ਇੰਝ ਕਰੋ, ਤੁਸੀਂ ਵੋਟਿੰਗ ਕਰ ਲਓ, ਵੋਟਾਂ ਪਾ ਲਓ। ਫਿਰ ਵੋਟਾਂ ਰੱਖੀਆਂ ਜਾਂਦੀਆਂ, ਜਦੋਂ ਵੋਟਾਂ ਰੱਖੀਆਂ ਜਾਂਦੀਆਂ ਨੇ ਤਾਂ ਵੋਟਾਂ ਦੇ ਵਿੱਚ ਮੇਰੇ ਵਰਗਿਆਂ ਨੇ ਕਿਸੇ ਨੇ ਸ਼ਾਹੀ ਪਨੀਰ ਲਿਖ ਦਿੱਤਾ, ਕਿਸੇ ਨੇ ਮਿਕਸ ਵੈੱਜ ਲਿਖ ਦਿੱਤਾ, ਕਿਸੇ ਨੇ ਦਾਲ ਲਿਖ ਦਿੱਤਾ, ਅਤੇ ਜਿਹੜੇ ਉਹ 25-30 ਜਾਣੇ ਸੀ ਉਹਨਾਂ ਨੇ ਕੜੀ ਚੌਲ ਹੀ ਲਿਖਿਆ। ਹੁਣ ਵੋਟਾਂ ਪੈ ਗਈਆਂ, ਰਿਜ਼ਲਟ ਆਉਣ ਦਾ ਸਮਾਂ ਆ ਗਿਆ। ਜਦੋਂ ਰਿਜ਼ਲਟ ਆਇਆ ਤਾਂ ਉਦੋਂ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਕਿ ਜਿਹੜੇ ਮੇਰੇ ਵਰਗੇ ਨੇ, ਕਿਸੇ ਨੇ ਮਿਕਸ ਵੈੱਜ ਸੀ ਉਹਨੂੰ 10-15 ਵੋਟਾਂ, ਕਿਸੇ ਨੇ ਦਾਲ ਲਿਖੀ ਸੀ ਉਹਨੂੰ 10-12 ਵੋਟਾਂ, ਕਿਸੇ ਨੇ ਸ਼ਾਹੀ ਪਨੀਰ ਲਿਖਿਆ ਸੀ 15-20 ਵੋਟਾਂ ਉਹਨੂੰ। ਪਰ ਗੱਲ ਉਹੀ ਹੋਈ ਜੋ ਨਹੀਂ ਚਾਹੁੰਦੇ ਸੀ, ਕਿ ਕੜੀ ਚੌਲ ਵਾਲਿਆਂ ਦੀਆਂ 30 ਵੋਟਾਂ ਨੇ ਉਹਨਾਂ ਸਾਰਿਆਂ ਨੂੰ ਹਰਾ ਦਿੱਤਾ। ਸੋ ਗੱਲ ਤੁਸੀਂ ਸਮਝ ਗਏ ਹੋਵੋਗੇ, ਪੰਜਾਬ 'ਚ ਵੋਟਾਂ ਦਾ ਮਾਹੌਲ ਹੈ। ਬਹੁਤ ਸਾਰੀਆਂ ਪਾਰਟੀਆਂ, ਚੰਗੀਆਂ ਪਾਰਟੀਆਂ ਨੇ, ਸਾਫ਼ ਸੁਥਰੀਆਂ ਪਾਰਟੀਆਂ ਨੇ, ਜਿਨ੍ਹਾਂ 'ਤੇ ਕੋਈ ਵੀ ਐਲੀਗੇਸ਼ਨ ਨਹੀਂ, ਉਹ ਪਾਰਟੀਆਂ ਵੀ ਨੇ। ਪਰ ਅਸੀਂ ਜਿਨ੍ਹਾਂ ਪਾਰਟੀਆਂ 'ਤੇ ਐਲੀਗੇਸ਼ਨ ਕਰਦੇ ਹਾਂ, ਜਿਨ੍ਹਾਂ ਪਾਰਟੀਆਂ ਨੂੰ ਅਸੀਂ ਚਾਹੁੰਦੇ ਇਹ ਨਾ ਆਉਣ, ਉਹ ਪਾਰਟੀਆਂ ਸਾਡੇ 'ਚੋਂ ਕੱਢਣ ਵਾਸਤੇ ਸਾਡਾ ਜ਼ੋਰ ਲੱਗਾ ਪਿਆ। ਪਰ ਉਹ 30 ਵੋਟਾਂ ਵਾਂਗੂ, ਜਿਵੇਂ ਕੜੀ ਚੌਲ ਦੇ ਵਿੱਚ 30 ਬੰਦਿਆਂ ਨੂੰ ਕੜੀ ਚੌਲ ਪਸੰਦ ਸੀ, ਅਸੀਂ ਪਾਟ ਕੇ, ਅਸੀਂ ਅਲੱਗ ਅਲੱਗ ਹੋ ਕੇ, ਕੋਈ ਕੜੀ ਦਾਲ ਮੱਖਣੀ ਵੱਲ, ਕੋਈ ਮਿਕਸ ਵੈੱਜ ਵੱਲ, ਕੋਈ ਸ਼ਾਹੀ ਪਨੀਰ ਵੱਲ ਹੋ ਕੇ, ਕਿਤੇ ਅਸੀਂ ਫਿਰ ਇੱਕ ਵਾਰ ਉਸੇ ਸਰਕਾਰ ਨੂੰ, ਜਿਨ੍ਹਾਂ ਸਰਕਾਰਾਂ ਨੇ ਇਹਨਾਂ ਕੰਡਿਆਂ ਦੇ ਵਾਂਗ ਦਿੱਲੀ ਦੇ ਵਿੱਚ ਸਾਡੇ ਮੂਹਰੇ ਕੰਡੇ ਬੀਜੇ, ਦਿੱਲੀ ਦੇ ਵਿੱਚ ਸਾਨੂੰ 1.5 ਸਾਲ ਦੇ ਕਰੀਬ ਸਮਾਂ ਸਾਨੂੰ ਉੱਥੇ ਭੁਗਤਣਾ ਪਿਆ, 750 ਤੋਂ ਵੱਧ ਜਾਨਾਂ ਅਸੀਂ ਗਵਾਈਆਂ। ਸੋ ਕਿਤੇ ਅਸੀਂ ਫਿਰ ਇਹਨਾਂ ਛੋਟੀਆਂ ਛੋਟੀਆਂ ਗਲਤੀਆਂ ਕਰਕੇ ਡਿਸਾਈਡ ਨਹੀਂ ਕੀਤਾ ਕਿ ਇਹਨੂੰ ਵੋਟ ਪਾਉਣੀ ਹੈ, ਕੋਈ ਕਿਸੇ ਪਾਸੇ ਭੱਜਾ ਫਿਰਦਾ, ਕੋਈ ਕਿਸੇ ਪਾਸੇ ਭੱਜਾ ਫਿਰਦਾ, ਡਿਸਾਈਡ ਕਰ ਲਈਏ ਹਲੇ ਸਮਾਂ ਹੈ, 20 ਤਰੀਕ ਨੂੰ ਵੋਟਾਂ, ਹਲੇ ਸਮਾਂ ਹੈ। ਸੋ ਡਿਸਾਈਡ ਕਰ ਲਈਏ ਕਿਹੜੀ ਪਾਰਟੀ ਨੂੰ ਅਸੀਂ ਮੂਹਰੇ ਲੈ ਕੇ ਆਉਣਾ, ਕਿਤੇ ਐਂ ਨਾ ਹੋਵੇ ਕਿ ਅਸੀਂ ਉਹਨੂੰ ਵੋਟ, ਉਹਨੂੰ ਵੋਟ, ਉਹਨੂੰ ਵੋਟ ਕਰਦੇ ਆਪਣੀਆਂ ਵੋਟਾਂ ਨੂੰ ਪਾੜ ਲਈਏ ਅਤੇ ਮੌਕਾ ਫਿਰ ਇੱਕ ਵਾਰੀ ਬੀਜੇਪੀ ਸਰਕਾਰ ਨੂੰ ਮਿਲ ਜਾਏ। ਸੋ ਇਹ ਚੀਜ਼ ਸੋਚਣ ਵਾਲੀ ਆ, ਸਮਝਣ ਵਾਲੀ ਆ, ਕਿਉਂਕਿ ਸਾਰੇ ਤੁਸੀਂ ਸਿਆਣੇ ਆ, ਮੈਂ ਨਹੀਂ ਕਹਿੰਦਾ ਕਿ ਮੈਂ ਵੱਧ ਸਿਆਣਾ, ਸਾਰੇ ਆਪਾਂ ਸਿਆਣੇ ਹਾਂ, ਪਰ ਅੱਜ ਇਹ ਮੌਕਾ ਆ, ਅੱਜ ਇਹ ਸਮਾਂ ਆ ਕਿ ਸਾਨੂੰ ਸੋਚਣਾ ਪੈਣਾ, ਕਿਤੇ ਅਸੀਂ ਆਪਣੀਆਂ ਵੋਟਾਂ ਪਾੜ ਕੇ ਉਹਨਾਂ ਸਟੂਡੈਂਟਾਂ ਵਾਂਗੂ ਕੜੀ ਚੌਲ ਦੇ ਚੱਕਰ ਦੇ ਵਿੱਚ, ਕੜੀ ਚੌਲ ਬੰਦ ਕਰਾਉਣ ਦੇ ਚੱਕਰ ਦੇ ਵਿੱਚ ਅਸੀਂ ਫਿਰ ਉਹਨਾਂ ਦੇ ਹੱਥ 'ਚ ਹੀ ਨਾ ਸੱਤਾ ਦੇ ਦਈਏ ਜਿਨ੍ਹਾਂ ਨੇ ਸਾਨੂੰ ਲੰਬੇ ਸਮੇਂ ਤੋਂ ਕੁੱਟਿਆ, ਲੰਬੇ ਸਮੇਂ ਤੋਂ ਸਾਨੂੰ ਲੁੱਟਿਆ, ਸਾਡੇ ਪੰਜਾਬ ਦਾ, ਸਾਡੇ ਹਿੰਦੁਸਤਾਨ ਦਾ ਬੇੜਾ ਗਰਕ ਕੀਤਾ। ਕਿਸ ਤਰੀਕੇ ਦੇ ਨਾਲ ਪੰਜਾਬ ਦਾ ਨੌਜਵਾਨ ਇਸ ਮੁਲਕ ਨੂੰ ਛੱਡ ਕੇ ਵਿਦੇਸ਼ਾਂ ਦੀ ਧਰਤੀ 'ਤੇ ਵੱਸਦਾ ਜਾ ਰਿਹਾ, ਅਸੀਂ ਅੰਦਰ ਖਾਤੇ ਉੱਜੜ ਰਹੇ ਹਾਂ, ਸਮਝਣ ਦੀ ਲੋੜ ਹੈ। ਵੋਟ ਅਸੀਂ ਕਿਹਨੂੰ ਕਰਨੀ ਆ ਉਹ ਤੁਹਾਡਾ, ਤੁਸੀਂ ਸੋਚਣਾ। ਮੈਂ ਨਹੀਂ ਕਹਿੰਦਾ ਇਸ ਪਾਰਟੀ ਨੂੰ ਸਪੋਰਟ ਕਰੋ, ਪਰ ਮਨ ਬਣਾ ਕੇ, ਘੱਟੋ ਘੱਟ ਜੇ ਪਿੰਡ 'ਚ ਮਨ ਨਹੀਂ ਬਣਦਾ, ਸਿਟੀ 'ਚ ਮਨ ਨਹੀਂ ਬਣਦਾ, ਮੁਹੱਲੇ 'ਚ ਮਨ ਨਹੀਂ ਬਣਦਾ, ਘਰ 'ਚ ਤਾਂ ਮਨ ਬਣਾ ਲਓ ਕਿ ਆਪਾਂ ਯਾਰ ਇਸ ਪਾਰਟੀ ਨੂੰ ਸਪੋਰਟ ਕਰੀਏ। ਸੋ ਸੋਚ ਕੇ ਸਮਝ ਕੇ ਆਪਣੀ ਮਤਦਾਨ ਕਰਨੀ ਹੈ, ਨਾ ਕਿ ਗਲਾਸੀਆਂ ਪਿੱਗਾਂ 'ਚ ਉਲਝਣਾ। ਸੋ ਧਿਆਨ ਦੇ ਨਾਲ ਇਸ ਵਾਰ ਵੋਟ ਪਾਓ, ਤਾਂ ਜੋ ਸਾਡੀ ਸਹੀ ਸਰਕਾਰ ਜੋ ਪੰਜਾਬ ਦਾ ਭਲਾ ਕਰ ਸਕੇ ਉਹ ਆਵੇ। ਬਹੁਤ ਬਹੁਤ ਧੰਨਵਾਦ।